चीज ही है ना प्यार मुहब्बत मालिक दी बहुत ज्यादा सोहने तो जिड़े भी भरा कोई भी चीज़ जायदी है कोई भी बाई तो कंडक्टर नंबर भरा कोई भी चीज़ जायदी है कोई भी बाई तो कंडक्टर नंबर बाई का आपको देता एक बार दोबारे फिर बोलेंगे जी कोई भी जानकारी लेनी है याद वो तुम बाई तो जानकारी लै सकते हैं तो बाई कहना पोर्ट के बच्चे भी होंगे जर्मन के तो इन्हों के बच्चे हाँ जी सत श्रीकाल सारों की हाल है कायम है जी पहुंचे जी पिंड लदई के तो जिला मोगा तहसील इन्हों बाघा पुराना लग जाती है तो अज दिखाने इन्हों भी शौक भरा दे तो जर्मन सैफ्ट कुत्तों का वधिया काम करदा ते आपदे बागे पुराने दे विच धक्क है आपदे इलाके दे विच भरा दी तां दूरों नेड़े भरा भी आउंदे रहिंदे आ बाई कोले है ना तुहानूं पता ही है कुत्तां इक दूजे नूं वरतदे आ ते शौक उबले आ तां जे गल आपां शौकां दी करिए तां तुसीं देख सकदे आ इहनूं बाई लगे कहिंदे आ कि लट्ठे कहिंदे की कहिंदे इहनां नूं है इंडियन फंटैल इंडियन फंटैल फंटैल इंडियन फंटैल ऊ अपने जाने की लगे कह दें आप लगे कह दें ठीक है तो देख सकते हैं भाई तुसी तकरीब नहीं ये भी कहते होंगे शौक तो बिना बइए भी नहीं रखे जाते सारिया चीज़ा शौक का कहते होंगे कोई मतलब नहीं तो बई का सूँ नंबर भी दसागे तो बई दे आप थोड़ा जि जानवर भी देखिए वधिया बई का इधरले साइड से दरख्त बहुत सोहना देखो सां आह चीज़ा होंगे नैचुरल देखो ਤਾਂ ਕਾਨੀ ਦੀ ਸੱਤ ਪਾਈ ਵੀ ਜਿਹਨੇ ਰੱਖੇ ਹੋਏ ਤਾਂ ਤੋਂ ਦਰਖਤ ਬਾਈ ਨੇ ਕੱਟਿਆ ਨਹੀਂ ਜਮਾਂ ਨਾਲ ਲਾਇਆ ਵਾ ਅਤੇ ਸਾਂ ਬਾਈ ਉੱਤੇ ਕੂਲਰ ਚੱਲਦਾ ਤਾਂ ਦੁੱਗਣਾ ਵਧੀਆ ਅੱਛਾ ਆਹ ਫੀਮੇਲ ਕਿੰਨੇ ਟਾਈਮ ਦੀ ਹੋ ਗਈ ਆਪਣੀ ਇਹ ਬਾਈ 2 ਸਾਲ ਦੀ ਹੈ ਕਿ ਜੈਫਟ ਦੀ ਜੈਫਸ ਦੀ ਜੈਫਟ ਜਿਹੜਾ ਇੰਜੀਨੀਅਰ ਕੈਨਰ ਵਾਲਾ ਓਕੇ ਜੈਫਟ ਇੰਪੋਰਟ ਇੰਪੋਰਟ ਕੁੱਤਾ ਉਹਦੀ ਆ ਠੀਕ ਹੈ ਉਹ ਆਪਣਾ ਸਟਾਰਟ ਆ ਉਹ ਤੇ ਜਿਹੜਾ ਉਹ ਦੂਜਾ ਉਹ ਸਟਾਰਟ ਆਪਣਾ ਵੱਡਾ ਹਾਂਜੀ ਬਾਈ ਤੇ ਆ ਬੱਚੇ ਕਿਹੜੀ ਦੇ ਆ ਗਏ ਇਹ ਬੇਲੀ ਦੀ ਆ ਬਾਈ ਉਹਦੇ ਅੱਛਾ ਉਸੇ ਕੁੱਤੇ ਦੇ ਤੇ ਕੁੱਤੀ ਕਿਹੜੀ ਸੀ ਕੁੱਤੀ ਆ ਬਸ ਇਹ ਮੀਟਿੰਗ ਦਾ ਚੱਕਿਆ ਅੱਛਾ ਮੀਟਿੰਗ ਦੇ ਚੱਕਿਆ ਜੀ ਠੀਕ ਹੈ ਓਕੇ ਤੇ ਉਸ ਤੋਂ ਬਾਅਦ ਇੱਕ ਕੁੱਤਾ ਇਹ ਆ ਗਿਆ ਆਪਣੇ ਕੋਲ ਆ ਸਟਾਰਟ ਆ ਬਾਈ ਠੀਕ ਹੈ ਇਹਨਾਂ ਨੂੰ ਬਾਹਰ ਕੱਢੇਗਾ ਇਹਨਾਂ ਲੀਸ ਪਾ ਦਿਖਾਈਏ ਆਪਾਂ ਭਰਾਵਾਂ ਨੂੰ ਸਮਾਰ ਕੇ ਦੇਖੋ ਵੀਰੇ ਆ ਬਹੁਤ ਚੰਗੇ ਕੁੱਤੇ ਆ ਬਾਈ ਕੋਲੇ ਜਿਵੇਂ ਮੰਨ ਲਓ ਬਾਈ ਬਸ ਉਹੀ ਇਸ ਨੂੰ ਪਤਾ ਹੀ ਹੈ ਇੱਕ ਇਹ ਵੀ ਇੱਕ ਸ਼ੌਂਕ ਦੇ ਨਾਲ ਬਿਜ਼ਨਸ ਹੈ ਠੀਕ ਹੈ ਦੋ ਪਾਲ ਲਏ ਇੱਕ ਰੱਖ ਲਿਆ ਇੱਕ ਦੇਤਾ ਠੀਕ ਹੈ ਵੱਧ ਕੇ ਦੋ ਚਾਰ ਕੱਢਤੇ ਦੇਤੇ ਦੇਖੋ ਬਾਈ ਹੁਣ ਤੁਹਾਨੂੰ ਗੌਰ ਨਾਲ ਪੂਰੀ ਨਾਲ ਦਿਖਾਉਣੇ ਆ ਅਤੇ ਬਾਈ ਦਾ ਸ਼ੌਂਕ ਵੀ ਅਤੇ ਬਾਈ ਦੇ ਜਾਨਵਰ ਵੀ ਦੇਖ ਕੇ ਫਿਰ ਪਤਾ ਲੱਗਦਾ ਬਾਈ ਲੈ ਜਾ ਉਹ ਬਾਹਰ ਕੋਲੋਂ ਮੋੜ ਲੈ ਜਾਵਾਂ ਲੈ ਜਾ ਸਿੱਧਾ ਮੈਂ ਚੱਲ ਬਾਈ ਨੂੰ ਮੈਂ ਯਾਰ ਗੇੜਾ ਦਵਾ ਜਰਮਨ ਜਿੰਨਾ ਟਾਈਮ ਗੇੜਾ ਦੇਵੇ ਸੋਹਣੇ ਨਹੀਂ ਲੱਗਦਾ ਜਰਮਨ ਦੇਖ ਸਕਦੇ ਬਹੁਤ ਸੋਹਣਾ ਨਾਲੇ ਗਰਮੀ ਆ ਪੂਰੀ ਇਹਦੇ ਹਾਂ ਇੱਥੇ ਕਿਹੜਾ ਲਾ ਓਕੇ ਦੂਜੇ ਵੀ ਲਾਵਾਂ ਨਾਲ ਇਹਦੇ ਦੂਜੇ ਫਿਰ ਚੌੜ ਕਰਨਗੇ ਉਹਨੂੰ ਅੱਡ ਕੱਢ ਲਾਂਗੇ ਆਪਾਂ ਅੱਡ ਕੱਢ ਲਾਂਗੇ ਇਕੱਠਿਆਂ ਦੀ ਗੱਲ ਬਾਲੀ ਬਣੂ ਅੱਛਾ ਕੱਢ ਲਿਓ ਇਹ ਜਿਹੜਾ ਇਹ ਵੀ ਰੈਂਬੋ ਦੀ ਆ ਬਾਈ ਉਹ ਵੀ ਰੈਂਬੋ ਦੀ ਆ ਦੇਖੋ ਬਈ ਖੜਾ ਦੇਖੋ ਬਾਈ ਬਸ ਉਹ ਇੱਥੇ ਰੁਕੀ ਮਾੜਾ ਜਾ ਦੇਖ 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 ਬਾਈ ਕੀ ਬਾਤ ਹੈ ਐਂ ਕੁੱਤਾ ਆਪ ਦੀ ਆਪ ਖੜੇ ਕੁੱਤਾ ਤਾਂ ਫਿਰ ਜਾ ਕੇ ਅਸਲ ਵਿੱਚ ਕਹਿੰਦੇ ਹੁੰਦੇ ਕੁਆਲਿਟੀ 'ਚ ਪਤਾ ਲੱਗਦਾ ਤਾਂ ਦੇਖ ਸਕਦੇ ਹਾਂ ਬਾਈ ਤਾਂ ਹੁਣ ਦੂਜਾ ਵੀ ਕੱਢਦਾ ਅਤੇ ਚੌੜ ਬਹੁਤ ਕਰਦਾ ਉਹ ਵੀ ਕਿਹੜਾ ਉਹ ਕੁੱਤਾ ਅੱਛਾ ਜੀ ਇਹ ਸ਼ੋਅ ਜਿੱਤੇ ਆ ਪੂਰੇ ਅੱਛਾ ਬਾਈ ਅੱਛਾ ਜਲੰਧਰੋਂ ਨਵੇਂ ਸ਼ਹਿਰੋਂ ਓਕੇ ਇਹਨਾਂ ਦੇ ਕੋਟ ਦਾ ਫਰਕ ਹੈ ਕਿ ਸਾਰਿਆਂ ਦੇ ਦੋਨਾਂ ਦੇ ਕੋਟ ਇੱਕੋ ਜਿੱਕੇ ਆ ਓਕੇ ਓਕੇ ਮਾੜਾ ਕਰੀ ਨੇੜੇ ਕਰੀ ਦੋਨੇ ਜਿਹੜੇ ਫਰੇਮ ਦੇ ਵਿੱਚ ਆ ਜਾਣ ਬਸ ਹਾਂ ਇੱਥੇ ਮਾੜਾ ਮੂੰਹ ਇੱਕ ਦੂਜੇ ਕਨੀ ਨੂੰ ਕਰਵਾਓ ਇਹਨਾਂ ਦੇ ਜਿਵੇਂ ਘੋੜਿਆਂ ਨੇ ਨਹੀਂ ਜੋੜਦੇ ਥੋੜੇ ਜਿਹੇ ਮਾੜਾ ਦੂਰ ਵਿੱਥ ਪਾਲਾ ਜਾਣੀ ਕਿ ਆਹ ਕੁੱਤੇ ਵਾਂਗੂ ਮਾੜਾ ਖੜਾਈ ਹਾਂ ਬਾਈ ਇੱਥੇ ਖੜਾ ਦੋ ਮਿੰਟ ਦੇਖੋ ਬਾਈ ਕੁਆਲਿਟੀ ਤਾਂ ਇਹ ਵੀਰ ਨੇ ਸਟੱਡਾਂ ਵਾਸਤੇ ਰੱਖੇ ਹੋਏ ਆ ਤਾਂ ਜਿਹੜੇ ਸਟੱਡ ਵਰਤਦਾ ਬਾਈ ਨਾਲ ਅੱਗੇ ਵੀ ਮੈਂ ਗੱਲਾਂ ਕੀਤੀਆਂ ਮੈਂ ਕਿਹਾ ਬਹੁਤ ਚੰਗੀ ਲੈਣ ਦੇ ਜਿਵੇਂ ਦੋਨੇ ਕੁੱਤੇ ਇੱਕ ਹੀ ਲੈਣ ਦੇ ਜਿਵੇਂ ਕਰਦੇ ਆ ਬਾਈ ਕਹਿੰਦਾ ਯਾਰ ਚੰਗੀ ਚੀਜ਼ ਹੁੰਦੀ ਆ ਉਹ ਛੱਡੀ ਤਾਂ ਜਾਂਦੀ ਨਹੀਂ ਠੀਕ ਹੈ ਚੰਗੇ ਪਾ ਲਈਦੀ ਆ ਜੇ ਕੋਈ ਭਰਾ ਆਉਂਦਾ ਕੋਈ ਚੰਗਾ ਕੋਈ ਆਉਂਦਾ ਠੀਕ ਹੈ ਜਿਹੜੀ ਚੀਜ਼ ਉਹਨੂੰ ਫਿੱਟ ਲੱਗਦੀ ਆ ਦੇ ਦੇਈਦੀ ਆ ਨਵੇਂ ਬੱਚੇ ਬੁੱਚੇ ਤਿਆਰ ਹੋ ਜਾਂਦੇ ਜਾਂ ਕੋਈ ਨਾ ਕੋਈ ਕਰੇਜ਼ ਹੁੰਦਾ ਨਵਾਂ ਫੇਰ ਬੰਦਾ ਪਾ ਲਈ ਜਾਂਦਾ ਬਾਈ ਇਹਦਾ ਵੀ ਗੇੜਾ ਦਵਾ ਕੇ ਲਈ ਮੈਨੂੰ ਉਹ ਅੱਗ ਦੀ ਨਾਲ ਹੀ ਲੱਗਦਾ ਥੋੜ੍ਹਾ ਜਿਹਾ ਨਾ ਕਿਉਂਕਿ ਸੋ ਤੇ ਜਾਣ ਕਰਕੇ ਟ੍ਰੇਨ ਵੱਧ ਹੋ ਜਾਂਦਾ ਹੈ ਨਾ ਕੁੱਤਾ ਹੈ ਨਾ ਦੇਖੋ ਜੀ ਇੱਕ ਨਾ ਪਤਾ ਗੱਲ ਕੀ ਆ ਮੈਂ ਦੱਸਦਾ ਬਾਈ ਨਾਲ ਵੀ ਆਪਾਂ ਗੱਲ ਕਰਾਉਣੀ ਆ ਜਿਹੜੀ ਇੱਕ ਗਰਮੀ ਆ ਗਰਮੀ ਇਹੋ ਜਿਹੀ ਚੀਜ਼ ਹੁੰਦੀ ਆ ਇੱਕ ਵਾਰੀ ਕੋਟ ਵੀ ਝੜਨ ਲੱਗ ਜਾਂਦਾ ਕੁੱਤੇ ਜਿਹੜੇ ਵੀਕਨੈਸ ਵੀ ਵੱਧ ਜਾਂਦੀ ਆ ਗਰਮੀ ਦੇ ਵਿੱਚ ਤਾਂ ਜਿਹੜਾ ਇਹੀ ਚੀਜ਼ਾਂ ਹੁੰਦੀਆਂ ਬਾਈ ਤੂੰ ਵੀ ਸਟੈਂਡ ਵਧੀਆ ਲਵਾਈ ਮਾੜਾ ਜਿਹਾ ਤਾਂ ਵੀਕਨੈਸ ਵੀ ਵੱਧ ਜਾਂਦੀ ਹੈ ਕੁੱਤਿਆਂ ਦੇ ਵਿੱਚ ਅਤੇ ਕੋਟ ਝੜ ਜਾਂਦੇ ਆ ਹਾਂਜੀ ਬਾਈ ਗਰਮੀ ਦਾ ਫਰਕ ਪੈ ਜਾਂਦਾ ਤੁਹਾਨੂੰ ਦਿਖਾਉਣੇ ਆ
ਜਿਹੜੀਆਂ ਵੀ ਤਿਆਰੀਆਂ ਲਵਾਈਆਂ ਜਾਂਦੀਆਂ ਸੋਹ ਦੇ ਉੱਤੇ ਤੁਸੀਂ ਦੇਖੋ ਜਿਹੜੀ ਖੜ੍ਹਨੀ ਆ ਖੜਾਉਣਾ ਹੈ ਟਾਈਮ ਤੋਂ ਟਾਈਮ ਜਿਵੇਂ ਢੰਗ ਦੇ ਨਾਲ ਵੀ ਜਿਵੇਂ ਵੀ ਜਰਮਨ ਮਤਲਬ ਅੱਜ ਤੱਕ ਆਹੋ ਫਿਰ ਉਹ ਹੀ ਇੱਕ ਤਾਂ ਫਰਕ ਹੁੰਦਾ ਤਾਂਹੀ ਆਪਾਂ ਟਰੇਂਦਰਾਂ ਨੂੰ ਫੜਾਉਣ ਲੱਗੇ ਨੇ ਜਿਹੜਾ ਮਾਲਕ ਦੇ ਕੋਲ ਫਿਰ ਚੌੜ 'ਚ ਪੈ ਜਾਂਦੇ ਇਹ ਬਹੁਤ ਸੋਹਣਾ ਬਾਈ ਕਿਆ ਬਾਤ ਹੈ ਗੱਲ ਕਰ ਹਜੇ ਉਹ ਫੋਰਮ ਦਿੰਦਾ ਨਹੀਂ ਹਜੇ ਦੇਖੋ ਕਿਉਂਕਿ ਮਾਲਕ ਮਾਲਕ ਹੀ ਹੁੰਦਾ ਹਾਂਜੀ ਬਾਕੀ ਤਾਂ ਭਰਾਵਾਂ ਨੂੰ ਪਤਾ ਹੀ ਹੁਣ ਜੇ ਮੈਂ ਦੱਸਿਆ ਆਪਾਂ ਇੰਨੇ ਸ਼ੋਅ ਜਿੱਤੇ ਆ ਕੁੱਤੇ ਨੇ ਹਨਾ ਤਾਂ ਗੱਲ ਹੀ ਵੱਖਰੀ ਹੈ ਇਹ ਬਾਈ ਦੋਨੇ ਸਟੱਡ ਵਾਸਤੇ ਵੀ ਬਾਈ ਦੇ ਕੋਲੇ ਹਾਂਜੀ ਸਟੱਡ ਵਾਸਤੇ ਓਪਨ ਹੈ ਕੋਈ ਵੀ ਵੀਰ ਕੋਈ ਮੀਟਿੰਗ ਲੈਣਾ ਚਾਹੁੰਦਾ ਜਾਂ ਊਂ ਹੈ ਹਨਾ ਜਾਂ ਕਿਸੇ ਨੂੰ ਕੋਈ ਚੀਜ਼ ਵਧੀਆ ਲੱਗੀ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਨੰਬਰ ਕਿੰਨਾ ਆਪਣਾ ਬੱਚੇ ਬਾਈ ਕਹਿੰਦਾ ਜਿਹੜੇ ਜਰਮਨ ਦੇ ਬੱਚੇ ਆ ਜੀ ਇਹ ਕੁੱਤਿਆਂ ਦੇ ਵਿਦ ਪੇਪਰ ਵਿਦਆਊਟ ਪੇਪਰ ਵੀ ਤੁਹਾਨੂੰ ਬੱਚੇ ਵੀ ਮਿਲ ਜਾਣਗੇ ਜੇ ਕੋਈ ਵੀ ਭਰਾ ਚਾਹਵਾਨ ਹੁੰਦਾ ਆਪਾਂ ਨੂੰ ਐਂ ਹੁੰਦਾ ਵੀ ਯਾਰ ਓਕੇ ਇੰਪੋਰਟ ਦੇ ਬੱਚੇ ਆ ਜੀ ਇੰਪੋਰਟ ਦੇ ਬੱਚੇ ਵੀ ਬਾਈ ਕਹਿੰਦਾ ਹੈਗੇ ਜੇ ਡਾਇਰੈਕਟਰ ਇੰਪੋਰਟ ਦੇ ਬੱਚੇ ਲੈਣੇ ਆ ਤਾਂ ਇੰਪੋਰਟ ਦੇ ਬੱਚੇ ਵੀ ਮਿਲ ਜਾਣਗੇ ਆਹ ਮਾੜਾ ਜਿਹਾ ਇੱਧਰਲੇ ਪਾਸੇ ਨੂੰ ਕੱਢ ਕੇ ਲਿਆ ਦੋਨੇ ਦੇਖ ਸਕਦੇ ਹਾਂ ਬਾਈ ਕੁਆਲਿਟੀ ਇੱਥੇ ਆ ਕੇ ਬਹੁਤ ਜ਼ਿਆਦਾ ਸੋਹਣਾ ਮਤਲਬ ਉਹ ਕਰਦਾ ਸੁੱਕੇ ਉਹਨੂੰ ਤੋਰ ਮਾੜਾ ਜਿਹਾ ਇੱਧਰ ਨੂੰ ਮੂੰਹ ਘੁੰਮਾ ਜੀ ਹੋਰ ਹਾਂ ਬਸ ਹੋਰ ਹੋਰ ਕਰ ਮਾੜਾ ਜਿਹਾ ਬਸ ਦੇਖ ਸਕਦੇ ਹਾਂ ਬਾਈ ਦੇਖੋ ਕਿਆ ਬਾਤ ਹੈ ਜੀ ਬਾਕੀ ਜਾਇਜ਼ੇ ਆ ਐਂ ਰੂਹ ਖੁਸ਼ ਹੋ ਜਾਂਦੇ ਜਦੋਂ ਜਾਣ ਪਰ ਐਵੇਂ ਆਪਾਂ ਦੇਖਦੇ ਨਾ ਟ੍ਰੇਨ ਕੀਤੇ ਵੀ ਦੇਖਦੇ ਹਾਂ ਤਾਂ ਸੱਚਮੁੱਚੀ ਦਿਲ ਖੁਸ਼ ਹੋ ਜਾਂਦਾ ਵੀ ਯਾਰ ਬਾਕੀ ਚੀਜ਼ ਤਾਂ ਚੀਜ਼ ਹੀ ਆ ਨਾ ਪਿਆਰ ਮੁਹੱਬਤ ਮਾਲਕ ਦੀ ਬਹੁਤ ਜ਼ਿਆਦਾ ਸੋਹਣੇ ਤਾਂ ਜਿਹੜੇ ਵੀ ਭਰਾ ਨੂੰ ਕੋਈ ਵੀ ਚੀਜ਼ ਜਾਇਦੀ ਆ ਕੋਈ ਵੀ ਬਾਈ ਤੋਂ ਕੰਟੈਕਟ ਨੰਬਰ ਬਾਈ ਦਾ ਆਪਾਂ ਤੁਹਾਨੂੰ ਦੇ ਤਾ ਇੱਕ ਵਾਰੀ ਦੁਬਾਰੇ ਫਿਰ ਬੋਲਾਂਗੇ ਜਿਹੜੀ ਕੋਈ ਵੀ ਜਾਣਕਾਰੀ ਲੈਣੀ ਆ ਯਾਦ ਉਹ ਤੁਸੀਂ ਬਾਈ ਤੋਂ ਜਾਣਕਾਰੀ ਲੈ ਸਕਦੇ ਆ ਤਾਂ ਬਾਈ ਕਹਿੰਦਾ ਇੰਪੋਰਟ ਦੇ ਬੱਚੇ ਵੀ ਹੁੰਦੇ ਆ ਜਰਮਨ ਦੇ ਤਾਂ ਇਹਨਾਂ ਦੇ ਬੱਚੇ ਵੀ ਹੁੰਦੇ ਆ ਸਿੰਗਲ ਕੋਟ ਡਬਲ ਕੋਟ ਵਿਦ ਪੇਪਰ ਵਿਦਆਊਟ ਪੇਪਰ ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਜੀ ਤਾਂ ਇਹ ਦੇਖ ਸਕਦੇ ਹਾਂ ਬਾਈ ਦੇਖੋ ਕਿਆ ਬਾਤ ਹੈ ਜੀ ਐਂਡ ਗੱਲਬਾਤ ਹੋਈ ਪਈ ਐਂਡ ਕੁੱਤੇ ਬਹੁਤ ਸੋਹਣੇ ਆ ਬਾਈ ਕਿਉਂਕਿ ਥੋੜ੍ਹਾ ਜਿਹਾ ਨਾ ਹਜੇ ਗਰਮੀ ਦਾ ਕਰਕੇ ਤਾਂ ਫਰਕ ਪੈ ਜਾਂਦਾ ਕੋਟ ਝੜ ਜਾਂਦਾ ਉਹਦਾ ਕਰਕੇ ਥੋੜ੍ਹੇ ਜਿਹੇ ਮੱਧਮ ਲੱਗਦੇ ਆ ਤਾਂ ਬਾਕੀ ਦੇਖਣ ਯੋਗ ਤਰੀਫ਼ ਜੋ ਡੋਗ ਹੈ ਅਤੇ ਜੇ ਕੋਈ ਨਗਦਾ ਟੱਪਦਾ ਵੀਰ ਕੰਡਕਟ ਕਰੋ ਬਾਈ ਨਾਲ ਤਾਂ ਦੇਖ ਕੇ ਜ਼ਰੂਰ ਜਾਇਓ ਜੇ ਕੋਈ ਨਗਦਾ ਟੱਪਦਾ ਤਾਂ ਤੁਹਾਨੂੰ ਪਤਾ ਲੱਗੂ ਜਦੋਂ ਆਪਾਂ ਦੇਖਦੇ ਹਾਂ ਨਾ ਤਾਂ ਬਾਕੀ ਜਿਹੜਾ ਕੁੱਤਾ ਤੁਹਾਨੂੰ ਪਤਾ ਸ਼ੋਅ ਜਿੱਤ ਗਿਆ ਬਾਈ ਉਹ ਮਾੜਾ ਜਿਹੜਾ ਤਾਂ ਉੱਥੇ ਨੇੜੇ ਤੇੜੇ ਖੜ੍ਹਨੇ ਨਹੀਂ ਦਿੰਦੇ ਸੱਚ ਦਾ ਹਕੀਕਤ ਇਹ ਗੱਲ ਹੈ ਜਿਹੜੇ ਵੀ ਆਮ ਡੋਗ ਆ ਉਹ ਤਾਂ ਨੇੜੇ ਖੜ੍ਹਦੇ ਨਹੀਂ ਬਾਈ ਸ਼ੋਅ ਦੇ ਵਿੱਚ ਹਮੇਸ਼ਾ ਉਹੀ ਜਿੱਤਣਗੇ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਦਮ ਹੋਇਆ ਕੁੱਤੀ ਨਾ ਲੋੜੀ ਨੇ ਮੁੜ ਕੇ ਖਰਾਬ ਕਰਨਗੇ ਕੁੱਤੀ ਦੋ ਆ ਗਈ ਬਾਹਰ ਤਾਂ ਬਾਈ ਕੋਲੇ ਦੋ ਹਰ ਵਕਤ ਬਾਈ ਕੋਲੇ ਸਟਾਰਟ ਹੁੰਦੇ ਆ ਇੱਕ ਦੋ ਫੀਮੇਲ ਆ ਰੱਖਦਾ ਇੱਕ ਦੋ ਫੀਮੇਲ ਆ ਜਿਵੇਂ ਕਿਤੇ ਕੋਈ ਲੈ ਗਿਆ ਕੋਈ ਲੈ ਆਉਂਦੀ ਇਸ ਤਰ੍ਹਾਂ ਨਾਲ ਪੀ ਪੀ ਘਰੇ ਬਾਈ ਦੇ ਹੁੰਦੇ ਆ ਤਾਂ ਬਾਈ ਇੱਕ ਵਾਰੀ ਦੁਬਾਰੇ ਨੰਬਰ ਬੋਲਿਓ 98555 89 138 ਇਹ ਨੰਬਰ ਆ ਜੀ ਬਾਈ ਦਾ ਪਿੰਡ ਲਧਾਈਕ ਆ ਜੀ ਅਤੇ ਜ਼ਿਲ੍ਹਾ ਮੋਗਾ ਪੈ ਜਾਂਦਾ ਤਹਿਸੀਲ ਨੇ ਆਪਣਾ ਬਾਘਾ ਪੁਰਾਣਾ ਪੈ ਜਾਂਦੀ ਹੈ ਜੀ ਤਾਂ ਬਾਕੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਨੂੰ ਅਤੇ ਬਾਕੀ ਵਧੀਆ ਲੱਗੀ ਵੀਡੀਓ ਕਰਿਆ ਕਰੋ ਸ਼ੇਅਰ ਤਾਂ ਤੁਹਾਨੂੰ ਸੌਂਕੀ ਬੰਦੇ ਨਾਲ ਵੀ ਹੌਲੀ ਹੌਲੀ ਤੁਹਾਨੂੰ ਮਿਲਾਇਆ ਕਰਾਂਗੇ ਸਾਰੇ ਭਰਾਵਾਂ ਨਾਲ ਜਿਹੜੇ ਪਿੰਡ ਦੇ ਵਿੱਚ ਆ ਇਹ ਵੀ ਇੱਕ ਵੱਖਰੀ ਪਹਿਚਾਣ ਬਣਾਉਂਦੇ ਆ ਤੁਹਾਡੀ ਬੱਕਰੀ ਤੁਹਾਡੀ ਪਹਿਚਾਣ ਬਣਾਉਣਗੇ ਵੱਖਰਾ ਤੁਹਾਨੂੰ ਨਾਮ ਦੇਣਗੇ ਤਾਂ ਸੌਂਕ ਦੇ ਨਾਲ ਨਾਲ ਤੁਹਾਡੀ ਜਿਹੜੀ ਆਮਦਨ ਦਾ ਸਾਧਨ ਹੈ ਉਹ ਵੀ ਇਹਨਾਂ ਨੇ ਕਰਨੀ ਕਰਨਾ ਦੇਖੋ ਚਾਰ ਚੀਜ਼ਾਂ ਹੋ ਜਾਂਦੀਆਂ ਮੇਨ ਸੌਂਕ ਦੇ ਨਾਲ ਨਾਲ ਜਿਹੜੀ ਆਪਾਂ ਚੀਜ਼ ਉਹ ਮਗਰ ਹੀ ਲੈ ਜਾਓ ਪਾਉਂਦੀ ਉਦੋਂ ਵੀ ਵਧੀਆ ਸਾਫ਼ ਹੁੰਦੀ ਹੋਰ ਮਗਰ ਨਾ ਗਿਆ ਤਾਂ ਜਿਹੜੀ ਮਤਲਬ ਚਾਰ ਚੀਜ਼ਾਂ ਇਹਦੇ ਵਿੱਚ ਦੇਖੋ ਪਹਿਲਾਂ ਬੰਦੇ ਦਾ ਸ਼ੌਂਕ ਪੂਰਾ ਕਰਨਾ ਜੀ ਡੋਗ ਨੇ ਜਦੋਂ ਆਪਾਂ ਵਾਕਿੰਗ ਦੇ ਜਾਂਦੇ ਹਾਂ ਬਾਈ ਡੋਗ ਨੂੰ ਨਾਲ ਲੈ ਕੇ ਨਾ ਡੋਗ ਜ਼ੋਰ ਲਵਾਉਂਦਾ ਤਾਂ ਉਦੋਂ ਵੀ ਵਧੀਆ ਸਰੀਰ ਬਣ ਕੇ ਰਹਿੰਦਾ ਅਤੇ ਜੇ ਆਪਾਂ ਗੱਲ ਕਰੀਏ ਦੂਜੀ ਤਾਂ ਨਾਲ ਨਾਲ ਸੌਂਕ ਹੋ ਗਿਆ ਇਹ ਤਾਂ ਨਾਲ ਸਰੀਰ ਸੈੱਟ ਹੋ ਗਿਆ ਦੂਜੀ ਗੱਲ ਸਟੱਡਾਂ ਦੀ ਆਮਦਨ ਹੋ ਜਾਂਦੀ ਹੈ ਬੱਚਿਆਂ ਦੀ ਆਮਦਨ ਹੁੰਦੀ ਹੈ ਬਾਈ ਅਤੇ ਆਪਦੇ ਇਲਾਕੇ ਦੇ ਵਿੱਚ ਜਦੋਂ ਕੋਈ ਵੀ ਚੰਗਾ ਕੰਮ ਕਰਦਾ ਬੰਦਾ ਵਿਹਲਿਆਂ ਨੂੰ ਉਹਦਾ ਇਲਾਕੇ ਦੇ ਵਿੱਚ ਨਾਂ ਹੁੰਦੇ ਆ ਵੀ ਫਲਾਨਿਆਂ ਦਾ ਮੁੰਡਾ ਯਾਰ ਵਧੀਆ ਕੰਮ ਕਰਦਾ ਚਲੋ ਆਪਦੇ ਘਰੇ ਕੰਮ ਕਰਦਾ ਠੀਕ ਹੈ ਇਹ ਉਹ ਭਰਾ ਗਏ ਜਿਹੜੇ ਸ਼ੌਂਕ ਦੇ ਨਾਲ ਨਾਲ ਵੀ ਹਰ ਸਾਲ ਮਤਲਬ ਜੇ ਜ਼ਿਆਦਾ ਨਹੀਂ ਤਾਂ ਜਿਵੇਂ ਮੰਨ ਲਓ ਆਪਾਂ ਪ੍ਰਾਈਵੇਟ ਜਿੱਦਾਂ ਜੋਬਾਂ ਕਰਦੇ ਹਾਂ ਵੀ 10-12-15 ਹਜ਼ਾਰ ਅਤੇ ਉਨਾ ਕੁ ਘਰੇ ਬੈਠੇ ਵੀ ਭਰਾ ਆਪਦੀ ਸਮਾਈ ਦੇ ਨਾਲ ਉਨਾ ਕੁ ਪੈਸਾ ਐਵਰੇਜ ਮਹੀਨੇ ਦੀ 15-20 ਹਜ਼ਾਰ ਰੁਪਏ ਢਾਲੀ ਜਾਂਦੇ ਆ ਹਾਂਜੀ ਨਾਲੇ ਬਾਈ ਕਹਿੰਦਾ ਅਸੀਂ ਖੇਤੀਬਾੜੀ ਕਰੀ ਜਾਂਦੇ ਹਾਂ ਨਾਲੇ ਸਾਰੇ ਕੰਮ ਕਰੀ ਜਾਂਦੇ ਹਾਂ ਨਾਲੇ ਨਾਲ ਡੋਗ ਸਵਾਮੀ ਜਾਂਦੇ ਹਾਂ ਅਤੇ ਇਹਦਾ ਨਾਮ ਕੀ ਦੱਸਿਆ ਜੀ ਤੁਹਾਡੇ ਵੱਲ ਦਾ ਬੇਲੀ ਅਤੇ ਉਹਦਾ ਸਾਬੀ ਠੀਕ ਹੈ ਅਤੇ ਬੇਲੀ ਅਤੇ ਬੈਲ ਪੁਣਾ ਪੂਰਾ ਕਰਕੇ ਐਸੋਆਂ 'ਤੇ ਪੂਰੀ ਧੱਕ ਪਾਈ ਵੀ ਹੈ
पूरी चढ़ता है सूहां ते। लो जी ये भी देखो नवां मुंडा नवां लगदा ते पर अच्छा पहली बार शो कीता ते पहली बार ही 5 शो जित्ते आए। ठीक है ते जे कुदरती भाई जिवें आपां गल्लां करी जांदे आ वी अपना कुत्ता जित्या पहले साल गया ते पहले साल ही 5 शो जित्या है ते जे किसे बचार आए दे किसे भरा दी अगला कहिंदा यार आपां यार शो ट्रेनिंग कुत्ता जिहड़ा ट्रेन होया बस उह बात उही वी आपां 22 दिनां गल्लबात करिए ते वी बहुत चंगा लगदा ते फिर दे सकदे आ कुत्ता। जिहड़ी आपां देख लांगे कोई भी माहौल है जिवें 2 डॉग है वी आह हजे थोड़ा जिहा वी वाधा इत्थे पाल लिया बाई कहिंदा हजे तारना मैं ते उह कुत्ता नाल ही है इक ही प्यो दे आ इह ते दोने ते बाकी जिवें भी बाई नाल कनैक्ट होया बाई नाल तुसीं डायरैक्ट फोन ते गल कर सकदे आ। फोन नंबर तुहानूं वीडियो 2 वारी देता बाई तां वधिया लगी तुहानूं वीडियो वध तों वध शेयर करियो बाई नवें भरावां नूं हौसला दया करो कमेंट करया करो देखो वधिया लगदा है ना पिंड दे विच वी नाम है जदों आपां पुछ के आउणा वी यार फलाने बंदे दे तुहाडे पिंड यार फलाना मुंडा यार कुत्ते रखदा सी उहदे घरे जाणा अगला समार के समझाउंदा अगला कहिंदा बाई इत्थों ऐं मुड़ के ऐं जाणा ते आम जे तुरे जांदे पौधे वी बाई फलाने पासे जाणा अगला कहिंदा इधर मुड़ जी ये चीज़ ना फर्क पैंदा भी कित्थे बंदे ने समझा के दसना क्योंकि जे हुंदी है इज्जत हुंदी है तां बंदा काम कार दे विच इज्जत बनी हुंदी है ना बनिया हुंदा तां फिर अगला समार के समझाउंदा अगला कहिंदा यार भी बंदा गाहां पछाण ना लंघ जे अगला कहिंदा बड़े भाई भी ये पासे ते माड़ी जी स्टैंड।